ਬਾਈ ਛੇ 19 ਨੂੰ ਮੇਵਾ ਸਿੰਘ ਪੁੱਤਰ ਮਹਿੰਦਰ ਸਿੰਘ ਬਾਦਸ਼ਾਹ ਕਚਰਾਂ ਨੇ ਆ ਕੇ ਸਲਾਹ ਦਿੱਤੀ ਕਿ ਮਿਤੀ 21/6/19 ਨੂੰ ਮੈਂ ਪਿੰਡ ਲਗਾਮਕੇ ਦੇ ਜ਼ਰੂਰੀ ਕੰਮ ਲਈ ਜਾ ਰਿਹਾ ਸੀ। ਰਸਤੇ ਵਿੱਚ ਰੇਨੂ ਨਾਂ ਦੀ ਲੜਕੀ ਮਿਲੀ, ਜਿਸ ਨੇ ਕਿਹਾ ਕਿ ਮੇਰੀ ਤਬੀਅਤ ਖਰਾਬ ਹੈ, ਮੈਨੂੰ ਪਿੰਡ ਘਰ ਛੱਡ ਦਿਓ। ਜਿਸ 'ਤੇ ਉਸਨੇ ਲੜਕੀ ਨੂੰ ਨਾਲ ਬਿਠਾ ਲਿਆ ਆਪਣੇ, ਅਤੇ ਉਸਦੇ ਘਰ ਜਦੋਂ ਜਾ ਕੇ ਛੱਡਿਆ ਤਾਂ ਕਹਿੰਦੀ ਵੀ ਮੈਨੂੰ ਘਰ ਦੇ ਅੰਦਰ ਛੱਡ ਦਿਓ। ਜਦੋਂ ਉਹ ਅੰਦਰ ਗਿਆ ਤਾਂ ਉੱਥੇ ਮਨੀਸ਼ਾ ਨਾਂ ਦੀ ਲੜਕੀ ਹੋਰ ਸੀਗੀ, ਇਹਨਾਂ ਨੇ ਦੋਨਾਂ ਨੇ ਉਹਨੂੰ ਖਿੱਚ ਕੇ ਅੰਦਰ ਖੜ ਲਿਆ। ਜਿਹਦੀ ਉਮਰ ਮੇਵਾ ਸਿੰਘ ਦੀ ਉਮਰ ਕਾਫੀ ਹੈਗੀ, ਕਰੀਬ 50 ਸਾਲ ਤੋਂ ਉੱਪਰ ਹੈ। ਉਹਨੂੰ ਉੱਥੇ ਲੱਕੀ ਜਗਤਾਰ ਅਤੇ ਰੋਹਿਤ ਨਾਂ ਦਾ ਲੜਕਾ ਹੋਰ ਸੀਗਾ, ਜਿਨ੍ਹਾਂ ਨੇ ਇਹਨੂੰ ਨੰਗਾ ਕਰਕੇ ਇਹਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਇਹਨੂੰ ਕਹਿਣ ਲੱਗੇ ਕਿ ਤੂੰ ਰੇਨੂ ਨਾਲ ਰੇਪ ਕੀਤਾ ਹੈ, ਅਸੀਂ ਤੇਰੇ ਖਿਲਾਫ਼ ਮੀਡੀਆ ਵਾਲਿਆਂ ਨੂੰ ਬੁਲਾਵਾਂਗੇ ਅਤੇ ਪੁਲਿਸ 'ਤੇ ਪਰਚਾ ਦਰਜ ਕਰਵਾ ਕੇ ਤੈਨੂੰ ਖਰਾਬ ਕਰਾਂਗੇ। ਅਤੇ ਇਹਦੇ ਨਾਲ 5 ਲੱਖ ਰੁਪਏ ਦਾ ਸੌਦਾ ਕਰਨ ਲੱਗ ਪਏ। ਕਹਿਣ ਲੱਗੇ ਵੀ 5 ਲੱਖ ਰੁਪਇਆ ਦਿਓ ਸਾਨੂੰ, ਨਹੀਂ ਤਾਂ ਅਸੀਂ ਨਹੀਂ ਤੈਨੂੰ ਛੱਡਾਂਗੇ। ਫਿਰ ਇਹਨਾਂ ਦੀ ਗੱਲ ਮੁੱਕੀ, 30,000 ਰੁਪਏ 'ਚ ਗੱਲ ਮੁੱਕਣ ਤੋਂ ਬਾਅਦ ਇਹਨਾਂ 30,000 ਰੁਪਇਆ ਲੈ ਕੇ ਸ਼ਾਮ ਨੂੰ ਇਹਨੂੰ ਛੱਡ ਦਿੱਤਾ। ਜੇ ਇਹਨੇ ਕੱਲ੍ਹ ਆ ਕੇ ਸਲਾਹ ਦਿੱਤੀ ਥਾਣੇ, ਜੇ ਇਹਦੇ ਆਧਾਰ 'ਤੇ ਇਹਨਾਂ 5 ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲੇ ਵੀ ਲਿਆਂਦੀ ਗਈ ਹੈ। ਦੌਰਾਨੇ ਤਫ਼ਤੀਸ਼ ਰੇਨੂ ਅਤੇ ਮਨੀਸ਼ਾ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ, ਬਾਕੀ 3 ਦੋਸ਼ੀ ਭੱਜੇ ਹੋਏ ਹੈ ਅਤੇ ਤਫ਼ਤੀਸ਼ ਅੱਗੇ ਜਾਰੀ ਹੈ।